ਲਓ ਜੀ, ਸੋਨਾਲੀਕਾ ਕੰਪਨੀ ਵੱਲੋਂ ਸਕੀਮ ਹੈ, ਤੁਹਾਨੂੰ ਮਿਲੂਗਾ ਹੁਣ ਫ੍ਰੀ ਦੇ ਵਿੱਚ ਟਰੈਕਟਰ। ਨਜ਼ਦੀਕੀ ਸੋਨਾਲੀਕਾ ਡੀਲਰਸ਼ਿਪ 'ਤੇ ਪਹੁੰਚੋ, ਫ੍ਰੀ ਦੇ ਵਿੱਚ ਟਰੈਕਟਰ ਮੋਟਰਸਾਈਕਲ ਕਾਰ ਤੁਹਾਨੂੰ ਮਿਲ ਸਕਦੀ ਹੈ। ਟਾਈਮ 30 ਤਰੀਕ ਤੱਕ ਹੈ, ਇੱਕ ਟਰੈਕਟਰ ਨਾਲ ਇੱਕ ਟਰੈਕਟਰ ਫ੍ਰੀ ਆ ਜਾਏ। ਹਾਂਜੀ, ਸੋਨਾਲੀਕਾ 6.5 ਲੱਖ ਦਾ ਹੀ ਹੈ, 8.5 ਲੱਖ, 9 ਲੱਖ ਅਤੇ 15,000 ਦਾ ਰੇਟ ਸੀ। ਡਿਸਕਲਵਲ ਹੈ ਪੂਰਾ ਜੀ, ਫੁੱਲ 50,000 ਰੁਪਇਆ ਲਿਆਓ ਅਤੇ ਟਰੈਕਟਰ ਲੈ ਜਾਓ। ਬਸ ਤੁਹਾਡਾ ਟਰੈਕਟਰ 9,90,000 ਦਾ ਲੈ ਜਾਓ, ਬਾਕੀ ਕਰਕੇ 4,70,000 ਦਾ ਦੇ ਰਹੇ। 4,70,000 ਦਾ, 3 ਸਿਲੰਡਰ 'ਚ, 3 ਸਿਲੰਡਰ। ਹਾਂਜੀ, ਬਹੁਤ ਬਹੁਤ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ, ਅਤੇ ਆਪਾਂ ਖੜ੍ਹੇ ਹਾਂ ਗਰੇਵਾਲ ਐਂਡ ਸੰਸ ਸੋਨਾਲੀਕਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ, ਹੈ ਨਾ ਜੀ। ਬਹੁਤ ਵੱਡੀ ਸਕੀਮ ਆਈ ਹੈ, ਕਿਸਾਨਾਂ ਨੂੰ ਫ੍ਰੀ ਦੇ ਵਿੱਚ ਟਰੈਕਟਰ ਦਿੱਤਾ ਜਾ ਰਿਹਾ ਹੈਗਾ। ਕਿਵੇਂ ਦਿੱਤਾ ਜਾ ਰਿਹਾ ਹੈਗਾ, ਜਮਾਂ ਮੁਫਤ 'ਚ ਟਰੈਕਟਰ ਲਿਜਾ ਸਕਦੇ ਹੋ ਤੁਸੀਂ, ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਹੈਗਾ। ਲੱਕੀ ਡਰਾ ਚੱਲ ਰਿਹਾ ਹੈਗਾ ਸੋਨਾਲੀਕਾ ਕੰਪਨੀ ਵੱਲੋਂ, ਹੈ ਨਾ ਜੀ, ਫ੍ਰੀ ਦੇ ਵਿੱਚ ਟਰੈਕਟਰ, ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਅਤੇ ਇਹ ਨਵਾਂ ਟਰੈਕਟਰ ਆਇਆ ਹੈਗਾ 3 ਸਿਲੰਡਰ ਦੇ ਵਿੱਚ, 730। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰਿਆਂ ਨੂੰ ਜੀ, ਆਇਆਂ ਨੂੰ ਕਹਿੰਦੇ ਤੁਹਾਨੂੰ ਵੀ। ਅਤੇ ਇਹ ਨਵਾਂ ਟਰੈਕਟਰ ਆਇਆ ਜੀ, ਨਵਾਂ ਟਰੈਕਟਰ ਲਾਂਚ ਕਰਾਈ ਕੰਪਨੀ। ਕੀ ਇਹ 'ਚ ਫਰਕ ਕੀ ਹੈ ਜੀ? ਇਹ ਲਾ ਲਓ DI 730 ਸੈਕਿੰਡ ਆਉਂਦਾ ਜੀ ਪਹਿਲਾਂ ਇਹੀ। ਠੀਕ ਹੈ ਜੀ, 2 ਸਿਲੰਡਰ ਦੇ ਵਿੱਚ। ਠੀਕ ਹੈ ਜੀ। ਅਤੇ ਕੀਮਤ ਤੋਂ ਕਸਟਮਰ ਕਹਿੰਦੇ ਸੀ ਵੀ 3 ਸਿਲੰਡਰ ਜਿਵੇਂ ਭੱਠੇ ਕਮਰਸ਼ੀਅਲ ਵਗੈਰਾ ਵਾਸਤੇ ਚਾਹੀਦੇ, ਕੰਪਨੀ 3 ਸਿਲੰਡਰ ਬਣਾਇਆ। ਰੇਟ 'ਤੇ ਵੀ ਸਕੀਮ ਹੈ ਇਹਦੇ। ਓਕੇ, ਇਹ ਡਿਸਕਾਊਂਟ ਕਰਕੇ 4,70,000 ਦਾ ਦੇ ਰਹੇ। 3 ਸਿਲੰਡਰ 4,70,000 ਦਾ, 3 ਸਿਲੰਡਰ 'ਚ, 3 ਸਿਲੰਡਰ, ਤੇਲ ਦੇ ਵਿੱਚ ਬ੍ਰੇਕਾਂ ਦਿੱਤੀਆਂ। ਹਾਂਜੀ, 4,70,000 ਦਾ ਕੋਹਲੀ ਟਰੈਕਟਰ ਦੇ ਰਹੇ। ਫਾਈਨੈਂਸ ਅਵੇਲੇਬਲ ਹੈ ਪੂਰਾ ਜੀ, ਫੁੱਲ 50,000 ਰੁਪਇਆ ਲਿਆਓ ਅਤੇ ਟਰੈਕਟਰ ਲੈ ਜਾਓ। ਬਸ ਅਤੇ ਇਹ ਤਾਂ ਚਲੋ 50,000 ਦੇਣਾ ਪਊ। ਹਾਂਜੀ, ਅਤੇ ਜਿਹੜਾ ਉਹ ਕਹਿੰਦੇ 50,000 ਵੀ ਨਾ ਦਿਓ, ਟਰੈਕਟਰ ਉਹੀ ਲੈ ਜਾਓ। ਉਹ ਆਪਾਂ ਹਰ ਇੱਕ ਕਸਟਮਰ ਨੂੰ ਨਵਾਂ ਟਰੈਕਟਰ ਜੋ ਦੇ ਰਹੇ ਹਾਂ, ਨਾਲ ਆਪਾਂ ਲੱਕੀ ਕੂਪਨ ਦੇ ਰਹੇ ਹਾਂ। ਲੱਕੀ ਕੂਪਨ ਦੇ ਰਹੇ ਹੋ? ਹਾਂਜੀ ਹਾਂਜੀ, ਜਿਹਦੇ 'ਚ ਪਹਿਲਾ ਨਾਮ ਹੈਗਾ ਆਪਣਾ ਟਾਈਗਰ 65 ਟਰੈਕਟਰ ਹੈ ਜੀ, CRD ਦੇ ਵਿੱਚ। CRD ਦੇ ਵਿੱਚ? ਅੱਛਾ, ਹਾਂਜੀ, CRD ਦੇ ਵਿੱਚ ਜਿਹੜਾ ਟਾਈਗਰ 65 ਟਰੈਕਟਰ ਆਪਣਾ, ਉਹ ਮਿਲੂਗਾ ਜੀ। ਠੀਕ ਹੈ ਜੀ, ਸੈਕਿੰਡ ਨੰਬਰ 'ਤੇ ਕਾਰ ਆ ਉਹਦੇ 'ਚ ਨਾਮ। ਠੀਕ ਹੈ ਜੀ, 3 ਨੰਬਰ 'ਤੇ ਉਹਦੇ 'ਚ ਬੁਲਟ ਦੇਣੇ ਆ 21 ਰੋਇਲ ਇਨਫੀਲਡ, 21 ਬੁਲਟ। ਹਾਂਜੀ ਠੀਕ ਹੈ ਜੀ, 101 ਨਾਮ ਹੈਗੇ ਉਹਦੇ 'ਚ, ਲਾ ਲਓ ਸਪਲੈਂਡਰ ਮੋਟਰਸਾਈਕਲ ਜੀ। ਠੀਕ ਹੈ, 201 LED ਦੇਣੀ ਹੈ, 501 ਮੋਬਾਈਲ ਦੇਣੇ ਆ, ਅਤੇ 1001 ਘੜੀ ਦੇਣੀ ਹੈ। ਓਕੇ ਹਾਂਜੀ, ਇਹ ਸਕੀਮ ਹੈਗੀ ਆ 30 ਤਰੀਕ ਤੱਕ 30 ਤਰੀਕ ਤੱਕ, 15 ਤਰੀਕ ਹੋ ਗਈ ਜੀ ਅੱਜ, 15 ਦਿਨ ਬਾਕੀ ਹੈ। ਹਾਂਜੀ ਹਾਂਜੀ, ਅਤੇ ਤੁਸੀਂ ਇਸ ਸਕੀਮ ਦੇ ਵਿੱਚ ਪਾਰਟੀਸਪੇਟ ਕਿਵੇਂ ਕਰ ਸਕਦੇ ਹਾਂ ਆਪਾਂ? ਨਵਾਂ ਟਰੈਕਟਰ ਖਰੀਦ ਕੇ ਜੀ, ਨਵਾਂ ਟਰੈਕਟਰ ਲਓ ਅਤੇ ਨਾਲ ਇੱਕ ਕੂਪਨ ਲਓ, ਇੱਕ ਕੂਪਨ ਲਓ, ਅਤੇ ਹੋ ਸਕਿਆ ਇੱਕ ਟਰੈਕਟਰ ਨਾਲ ਇੱਕ ਟਰੈਕਟਰ ਫ੍ਰੀ ਆ ਜਾਏ। ਹਾਂਜੀ, ਕਾਰ ਵੀ ਆ ਸਕਦੀ ਹੈ, ਕਾਰ ਵੀ ਆ ਸਕਦੀ ਹੈ, ਕੁਛ ਵੀ ਆ ਸਕਦਾ, ਕੁਛ ਵੀ ਆ ਸਕਦਾ, ਟਰੈਕਟਰ ਵੀ ਆ ਸਕਦਾ। ਇਸ ਤੋਂ ਮਗਰਲੇ ਸਾਲ ਆਪਣੇ ਮੁਕਤਸਰ RX 50 ਨਿਕਲਿਆ ਸੀ, ਇਸੇ ਕੂਪਨ ਸਕੀਮ ਚੱਲਦੀ, ਫ੍ਰੀ ਦੇ ਵਿੱਚ ਟਰੈਕਟਰ ਨਿਕਲਿਆ ਸੀ, ਦਿੱਤਾ ਵੀ ਹੈ। ਹਾਂਜੀ, ਮੰਨ ਲਓ ਐਂ ਹੋ ਸਕਦਾ ਵੀ ਬੰਦਾ ਲੈ ਗਿਆ 730, ਹਾਂਜੀ, 4,70,000 ਦਾ, ਤੇ ਉਹਨੂੰ ਨਿਕਲ ਗਿਆ 65 horsepower 4x4, 12.5 ਲੱਖ ਵਾਲਾ, 12.5-13 ਲੱਖ ਦਾ ਟਰੈਕਟਰ ਹੋਊ, 14 ਦਾ ਹੋਵੇ, 14 ਦੀ ਹੋਵੇ, 12.5 ਲੱਖ ਦਾ ਜੀ, 12.5 ਲੱਖ, 14। ਉਹਦੇ ਤੇ ਵੀ ਆਪਣੀ ਸਕੀਮ ਆਈ ਵੀ ਹੈ, ਲਾ ਲਓ ਜਿਹੜਾ ਆਪਣਾ 65 ਵਾਲਾ ਟਰੈਕਟਰ ਹੈ, 12.5 ਲੱਖ ਦਾ ਸੀ, ਇਹ 31 ਤਰੀਕ ਤੱਕ ਹੀ, 30 ਤਰੀਕ ਤੱਕ ਹੀ ਹੈ, 10,99,900 ਦਾ ਦੇ ਰਹੇ। ਅੱਛਾ, 11 ਲੱਖ ਦਾ ਲਗਭਗ ਜੀ, 65 ਵਾਲਾ 65 horsepower, ਤੇ ਦੂਜਾ 11-25 ਦਾ ਜਿਹੜਾ 2-wheel ਚ ਆ ਰਿਹਾ ਜੀ। ਠੀਕ ਹੈ, ਉਹ ਦੇ ਰਹੇ 9,65,000। ਦੇਖੋ ਤੁਸੀਂ ਇੱਦਾਂ ਹੀ ਸਾਡੇ DI 55 ਤੇ ਆ ਰਿਹਾ, 3 ਸਿਲੰਡਰ 'ਚ ਹੈ, 3532 CC ਦੇ 235 ਟੋਰਕ 3 ਸਿਲੰਡਰ 'ਚ। ਓਕੇ, 3 ਸਿਲੰਡਰ ਦੇ ਵਿੱਚ ਹੈ, IPTO ਵਾਲਾ ਮਾਡਲ ਹੈ, 8,15,000 ਦਾ ਰੇਟ ਸੀ,
7,65,000 ਦੇ ਦੇ ਰਹੇ, ਵੇਟ ਵੀ ਲੱਗੇ ਆ ਰਹੇ ਓਕੇ ਬੈਕ ਵਾਲੇ, ਫਿਰ ਚੱਲ ਰਿਹਾ 60 ਤੇ, 60 ਦੀ ਤਾਂ ਲਾ ਲਓ 6 ਮਹੀਨੇ ਹੋ ਗਏ, ਮੈਂ ਨਾ ਵਿਕਿਆ ਹੀ ਬਹੁਤ ਜ਼ਿਆਦਾ ਓਕੇ, ਰੇਟ ਡਿਸਕਾਊਂਟ ਕਰਿਆ ਸੀ ਕੰਪਨੀ ਦੇ, ਇਸ ਲਈ ਦਿਮਾਗ 'ਚ ਬੈਠੀ ਆ ਗੱਲ ਵੀ, ਦਬ ਕੰਪਨੀ ਕਹਿੰਦੀ ਆਪਾਂ ਕਾਰ ਤਰ੍ਹਾਂ ਆਲ ਇੰਡੀਆ ਰੇਟ ਹੀ ਇੱਕ ਕਰ ਦੇਣਾ, ਇੱਕੋ ਹੀ ਕਰ ਦੇਣਾ ਬਸ, ਡੀਲਰਸ਼ਿਪ ਤੇ ਆਓ ਟਰੈਕਟਰ ਲੈ ਜਾਓ, ਟਰੈਕਟਰ ਲੈ ਜਾਓ ਕੋਈ ਰੇਟ ਦੀ ਬਾਰਗੇਨਿੰਗ ਨਹੀਂ, ਸੋਨਾਲੀਕਾ 60 8.5 ਲੱਖ ਦਾ ਹੀ ਹੈ, 8.5 ਲੱਖ, 9 ਲੱਖ ਤੇ 15,000 ਦਾ ਰੇਟ ਸੀ, ਡਿਸਕਾਊਂਟ ਕਰਕੇ 8.5 ਲੱਖ ਦਾ, 3 ਸਪੀਡ IPTO, ਵੇਟ ਲੱਗੇ ਸਾਰਾ ਕੁਝ, ਫੁੱਲ ਲੋਡਡ ਟਰੈਕਟਰ, ਟੂ ਵੀਲ ਡਰਾਈਵ, ਜਿਹੜਾ 4 ਵੀਲ ਡਰਾਈਵ ਹੈ ਜੀ ਇਹ ਕਿੰਨੇ ਕੁ ਦਾ ਅੰਦਾਜ਼ਾ, ਜਾਂ ਇਹ ਅੰਦਾਜ਼ਾ ਲਾ ਲਓ ਜੀ 10.5 ਲੱਖ ਦਾ ਰੇਟ ਹੈ, ਇਹ ਡਿਸਕਾਊਂਟ ਕਰਕੇ ਲਗਭਗ ਦੇ ਰਹੇ ਆਪਾਂ 9,90,000 ਦਾ, ਲਓ ਜੀ ਐਡਾ ਵੱਡਾ ਟਰੈਕਟਰ 9,90,000 ਦਾ ਲੈ ਜਾਓ, ਬਾਕੀ ਮਾਨ ਸਮਾਨ ਹੋਰ ਵੀ ਕਰਨਗੇ, ਇਹਦੇ ਨਾਲ ਐਡੋ ਵੱਡਾ ਟਰੈਕਟਰ ਫ੍ਰੀ ਦੇ ਵਿੱਚ ਲੈ ਜਾਓ, ਕੂਪਨ ਤੁਹਾਨੂੰ ਮਿਲ ਜੂਗਾ, ਸਿਰਫ 30 ਤਰੀਕ ਤੱਕ ਹੀ ਹੈ, 30 ਤਰੀਕ ਤੱਕ ਸਕੀਮ ਹੈ, ਮੁਕਤਸਰ ਤੁਸੀਂ ਪਹੁੰਚ ਸਕਦੇ ਹੋ, ਜਾਂ ਜੇ ਤੁਸੀਂ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਆ ਤਾਂ ਆਪਦੇ ਨਜ਼ਦੀਕੀ ਸੋਨਾਲੀਕਾ ਡੀਲਰ ਹੈ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਕੰਪਨੀ ਦੇ ਨੰਬਰ ਹੈ ਉਹਨਾਂ 'ਤੇ ਜਾ ਕੇ ਤੁਸੀਂ ਕਾਲ ਕਰ ਸਕਦੇ ਹੋ, ਤੁਹਾਨੂੰ ਸਾਰੀ ਜਾਣਕਾਰੀ ਸਕੀਮ ਬਾਰੇ ਮਿਲ ਜੂਗੀ। ਟਰੈਕਟਰ ਕਈ ਵਾਰੀ ਐਂ ਹੋ ਜਾਂਦਾ ਹੈਗਾ ਕਿ ਆਪਾਂ ਤਾਂ ਲੈ ਲਿਆ ਆਹ ਟਰੈਕਟਰ, ਜਿਵੇਂ ਆਹ ਖੜਾ ਹੈ ਨਾ 3 ਸਿਲੰਡਰ ਛੋਟਾ ਟਰੈਕਟਰ, ਅਤੇ ਇਹਦੇ ਨਾਲ ਮਿਲ ਗਿਆ ਆਪਾਂ ਨੂੰ 65 horsepower 4x4 ਤੁਸੀਂ ਇਹਦਾ ਲਾਹਾ ਛੇਤੀ ਤੋਂ ਛੇਤੀ ਖੱਟ ਲਓ, ਨੰਬਰਾਂ ਦੇ ਉੱਤੇ ਕਾਲ ਕਰ ਲਿਓ, ਬਾਕੀ ਮੁਕਤਸਰ ਸਾਹਿਬ ਤੁਹਾਨੂੰ ਸਾਹਿਬ ਮਿਲਣਗੇ ਇੱਥੇ, ਇਹਨਾਂ ਨਾਲ ਗੱਲ ਕਰ ਲਿਓ, ਤੇ ਜੇ ਸਾਡੀ ਵੀਡੀਓ ਦੇਖ ਕੇ ਨੰਬਰ ਮਿਸ ਕਾਲ ਵੀ ਦੇ ਸਕਦਾ, ਮੈਂ ਕੰਪਨੀ ਨਵਾਂ ਨੰਬਰ ਲਾਂਚ ਕਰਿਆ ਹੈ। ਅੱਛਾ, ਇਹਦੇ ਤੁਸੀਂ ਮਿਸ ਕਾਲ ਹੀ ਦੇਣੀ ਹੈ, ਹਾਂਜੀ, ਕਾਲ ਵੀ ਨਹੀਂ ਕਰਨੀ, ਹੋਰ ਕੰਪਨੀ ਤੋਂ ਆਟੋ ਫੋਨ ਬੈਕ ਆਏਗਾ, ਆਪੇ ਫੋਨ ਆਊਗਾ, ਬੈਕ ਫੋਨ ਆਏ, ਤੇ ਬਾਕੀ ਜੇ ਤੁਸੀਂ ਇੱਥੋਂ ਟਰੈਕਟਰ ਲੈਂਦੇ ਹੋ ਤਾਂ ਆਪਣਾ ਤੁਸੀਂ ਨਾਮ ਲੈ ਦਿਓ, ਤੁਹਾਡਾ ਪੂਰਾ ਮਾਣ ਸਤਿਕਾਰ ਕੀਤਾ ਜਾਊਗਾ, ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ, ਕਮੈਂਟ ਜ਼ਰੂਰ ਕਰਿਓ, ਲਾਈਕ ਵੀ ਕਰਿਓ, ਚੈਨਲ ਨੂੰ ਫੋਲੋ ਵੀ ਜ਼ਰੂਰ ਕਰਿਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।